ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸੋਢੀ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਪਹਿਲਾਂ ਬੇਨਤੀ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਸਾਡੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ। ਥੱਲੇ ਜੋ ਲਾਲ ਬਟਨ ਦਿਸ ਰਿਹਾ ਹੈ ਉਸ ਨੂੰ ਦਬਾਉਣਾ ਨਾ ਭੁੱਲਣਾ। ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸਾਧ ਸੰਗਤ ਜੀ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਵੀ ਸ਼ੇਅਰ ਕਰ ਦਿਓ। ਸਾਧ ਸੰਗਤ ਜੀ, ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਜਪ ਜੀ ਸਾਹਿਬ ਜੀ ਬਾਰੇ ਵਿਚਾਰ ਕਰਾਂਗੇ। ਜਪ ਜੀ ਸਾਹਿਬ ਜੀ ਦੇ ਪਾਠ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਹੌਲੀ ਹੌਲੀ ਬੰਦੇ ਦੇ ਮਨ ਦੀ ਮੈਲ ਕੱਟੀ ਜਾਂਦੀ ਹੈ, ਬੰਧਨ ਕੱਟੇ ਜਾਂਦੇ ਨੇ, ਕਲਿਆਣ ਹੋ ਜਾਂਦਾ ਹੈ ਸ੍ਰੀ ਜਪ ਜੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ। ਜੋ ਗੁਰਮੁਖ ਪਿਆਰੇ ਰੋਜ਼ ਜਪ ਜੀ ਸਾਹਿਬ ਜੀ ਦਾ ਪਾਠ ਕਰਦੇ ਹਨ ਉਹਨਾਂ 'ਤੇ ਗੁਰੂ ਨਾਨਕ ਦੀ ਕਿਰਪਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਉਹਦੀ ਬਾਂਹ ਆਪ ਫੜਦੇ ਹਨ। ਜੋ ਰੋਜ਼ ਮੂਲ ਮੰਤਰ ਜਪਦੇ ਨੇ, ਗੁਰਮੰਤਰ ਜਪਦੇ ਨੇ, ਸ਼ਬਦ ਦਾ ਅਭਿਆਸ ਕਰਦੇ ਨੇ, ਜਾਪ ਕਰਦੇ ਨੇ, ਉਹਨਾਂ 'ਤੇ ਦੈਵੀ ਸ਼ਕਤੀਆਂ ਦੀ ਕਿਰਪਾ ਹੁੰਦੀ ਹੈ, ਉਹਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਗੁਰਬਾਣੀ ਬਹੁਤ ਵੱਡੀ ਹੈ। ਜਿਸ ਗੁਰਮੁਖ ਪਿਆਰੇ ਨੇ ਜਪ ਜੀ ਸਾਹਿਬ ਜੀ ਦਾ ਪਾਠ ਕਰ ਲਿਆ, ਜਾਪ ਕਰ ਲਿਆ, ਉਹਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨਹੀਂ, ਉਹਦੇ ਸਾਰੇ ਕਾਰਜ ਰਾਸ ਹੋ ਸਕਦੇ ਨੇ। ਸਾਧ ਸੰਗਤ ਜੀ, ਫਿਰ ਕੋਈ ਹੋਰ ਕੁਝ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ। ਜਪ ਜੀ ਸਾਹਿਬ ਜੀ ਦਾ ਪਾਠ ਕਰਕੇ ਕੰਮ ਕਰੋ, ਤੁਹਾਡਾ ਕੰਮ ਜਲਦੀ ਹੋਵੇਗਾ। ਕਲਗੀਧਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਜੀ ਨੇ ਦੱਸਿਆ, ਸੰਗਤਾਂ ਨੇ ਪੁੱਛਿਆ, ਮਹਾਰਾਜ ਜੀ ਜਪ ਜੀ ਸਾਹਿਬ ਦਾ ਮਹਾਤਮ ਕੀ ਹੈ? ਮਹਾਰਾਜ ਕਹਿੰਦੇ, ਜਪ ਜੀ ਸਾਹਿਬ ਪੜ੍ਹਨ ਦਾ ਬਹੁਤ ਵੱਡਾ ਮਹੱਤਵ ਹੈ। ਸਾਧ ਸੰਗਤ ਜੀ, ਜਿਹੜੇ ਸਿੱਖ ਸ੍ਰੀ ਜਪ ਜੀ ਸਾਹਿਬ ਜੀ ਦੇ ਪਾਠਾਂ ਦਾ ਵੱਧ ਤੋਂ ਵੱਧ ਜਾਪ ਕਰਨਗੇ, ਉਹਨਾਂ ਨੂੰ ਨਾ ਕੋਈ ਤਾਪ, ਪਾਪ, ਬਿਮਾਰੀ ਆਦਿ ਵਿਆਧਿ, ਸਾਰੇ ਪਾਪ ਨਾਸ਼ ਹੋ ਜਾਣਗੇ, ਉਮਰ ਵੀ ਵਧੇਗੀ। ਮਹਾਰਾਜ ਜੀ ਨੇ ਇਹ ਬਚਨ ਕਹੇ। ਮਹਾਰਾਜ ਕਹਿੰਦੇ, ਤੀਨ ਵਾਰ ਸਿਫਤੀ ਕੀਤੀ। ਮਹਾਰਾਜ ਕਹਿੰਦੇ, ਤੀਨ ਵਾਰ ਗੁਰ ਏਵ ਕਹੀ, ਤਿੰਨ ਵਾਰ ਸਿਫਤ ਕੀਤੀ। ਕਹਿੰਦੇ, ਜਪ ਜੀ ਸਾਹਿਬ ਬਹੁਤ ਅਮੋਲਕ ਹੈ। ਕੀ ਕਹਿੰਦੇ ਨੇ? ਇਹ ਜਪ ਰਤਨ ਅਮੋਲ, ਇਹ ਜਪ ਰਤਨ ਅਮੋਲ, ਇਹ ਜਪ ਰਤਨ ਅਮੋਲ। ਤਿੰਨ ਵਾਰ ਸਿਫਤ ਕੀਤੀ, ਜਪ ਜੀ ਸਾਹਿਬ ਬੜਾ ਅਮੋਲਕ ਹੈ। ਸਰੀਰ 'ਤੇ ਕੋਈ ਵੀ ਬਿਮਾਰੀ ਆਵੇ ਨਾਸ਼ ਹੋ ਜਾਵੇਗੀ, ਮਨ ਦੀ ਹਰ ਇੱਕ ਇੱਛਾ ਪੂਰੀ ਹੋਵੇਗੀ। ਜਪ ਜੀ ਸਾਹਿਬ ਦੇ ਪਾਠਾਂ ਦੇ ਨਾਲ ਮਨ ਦੀ ਕੋਈ ਵੀ ਤੀਬਰ ਇੱਛਾ ਹੋਵੇ ਪੂਰੀ ਹੋਵੇਗੀ। ਸਿੱਖ ਦਾ ਤਾਂ ਹੋਰ ਕੁਝ ਵੀ ਨਹੀਂ, ਗੁਰੂ ਹੀ ਹੈ, ਗੁਰਬਾਣੀ ਹੀ ਹੈ, ਸ਼ਬਦ ਹੀ ਹੈ। ਸਿੱਖ ਹੋਰ ਕਿਸੇ ਕੋਲ ਜਾ ਵੀ ਨਹੀਂ ਸਕਦਾ। ਕੋਈ ਵੀ ਕਾਰਜ ਹੋਵੇ, ਵਿਆਹ ਵਾਸਤੇ, ਪੁੱਤਰ ਦੀ ਦਾਸ ਵਾਸਤੇ, ਜਾਂ ਕੋਈ ਹੋਰ ਕੰਮਕਾਰ ਦੇ ਲਈ ਜਪ ਜੀ ਸਾਹਿਬ ਜੀ ਦੇ 11 ਪਾਠ ਪੜ੍ਹ ਕੇ ਅਰਦਾਸ ਕਰੋ, ਸਤਿਗੁਰੂ ਤੁਹਾਡੇ 'ਤੇ ਕਿਰਪਾ ਕਰਨਗੇ। ਕਿਉਂਕਿ ਮਹਾਰਾਜ ਜੀ ਕੋਲ ਤਾਂ ਸਾਰੇ ਤਰ੍ਹਾਂ ਦੀ ਸੰਗਤ ਆਉਂਦੀ ਹੈ। ਮਹਾਰਾਜ ਜੀ, ਸਾਡਾ ਆਹ ਕੰਮ ਨਹੀਂ ਬਣਦਾ, ਸਾਡਾ ਉਹ ਕੰਮ ਨਹੀਂ ਬਣਦਾ, ਅਤੇ ਮਹਾਰਾਜ ਫਿਰ ਸਾਰਿਆਂ 'ਤੇ ਕਿਰਪਾ ਕਰਦੇ ਆ। ਸਾਧ ਸੰਗਤ ਜੀ, ਛੋਟੇ ਮੋਟੇ ਕੰਮ ਤਾਂ ਆਪੇ ਹੀ ਹੋਣ ਲੱਗ ਜਾਂਦੇ ਆ। ਆਪਾਂ ਮਾਇਆ ਦੀ ਚਿੰਤਾ ਕਰਦੇ ਹਾਂ, ਮਾਇਆ ਵਾਲੇ ਖਜ਼ਾਨੇ ਤਾਂ ਆਪੇ ਭਰਨੇ ਸ਼ੁਰੂ ਹੋ ਜਾਂਦੇ ਆ, ਆਪੇ ਕਾਰਜ ਰਾਸ ਹੋਣੇ ਸ਼ੁਰੂ ਹੋ ਜਾਂਦੇ। ਜਿਹੜੇ ਵੀ ਕੰਮ ਦੀ ਆਪਾਂ ਚਿੰਤਾ ਕਰਦੇ ਹਾਂ ਉਹ ਕੰਮ ਮਹਾਰਾਜ ਆਪੇ ਰਾਸ ਕਰਦੇ ਨੇ, ਔਕੜਾਂ ਦਾ ਨਾਸ਼ ਕਰਦੇ ਨੇ। ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੁੰਦੇ ਨੇ। ਧੰਨੇ ਭਗਤ ਦੇ ਕੰਮ ਮਹਾਰਾਜ ਜੀ ਨੇ ਆਪ ਕੀਤੇ। ਮਹਾਰਾਜ ਕਹਿੰਦੇ, ਧੰਨਿਆ ਆਰਾਮ ਕਰ ਲਾ, ਤੇਰੀਆਂ ਗਾਈਆਂ ਮੈਂ ਚਾਰਾਂ। ਸਾਲ ਨਹੀਂ, ਦੋ ਸਾਲ ਨਹੀਂ, ਸਾਰੀ ਉਮਰ ਮਹਾਰਾਜ ਨੇ ਆਪ ਪਰਮਾਤਮਾ ਭਗਵਾਨ ਨੇ ਧੰਨੇ ਦੀਆਂ ਗਊਆਂ ਚਾਰੀਆਂ, ਸਾਰੇ ਕਾਰਜ ਰਾਸ ਕੀਤੇ ਧੰਨੇ ਦੇ।
जे कोई शरदा नाल प्रतीति नाल प्यार नाल जपदा बाणी पढ़दा जपजी साहब जी दा जाप करदा महाराज आप अंग संग सहाई हुई है। रिश्तेदार छड़ जाणगे मित्र छड़ जाणगे पर जपजी साहब जी दा पाठ नहीं छड़ के जावेगा। जपजी साहब दा पाठ अंग संग धुर तक सहाई होवेगा। रोज गुरुद्वारा साहब जाओ वध तो वध सेवा करो गुरसिखां दी सेवा करो भांडे मांज के आओ झाड़ू मार के आओ फिर गुरु की कृपा होवेगी। साध संगत जी जेकर तुहानू साडे विचार चंगे लगन तो लाइक जरूर करो शेयर जरूर करो कमेंट करना ना भुलना सानू मैसेज जरूर करो साडे नाल तुसी गलबात भी कर सकते हो। महाराज कृपा करन बेनती प्रवान करो। वाहिगुरु जी का खालसा वाहिगुरु जी की फतेह।